One Foods presents the Time of Canada's Visakhi Card Giveaway 2021 countdown has been begin because Aj. 1 April ho gayi hai te sirf te sirf 15 more days to go sare information laake marsh di paajana tusi dekh rahe ho FYI media te ajj jivein assi tuhanu keh rahe haan ki tusi apna naam draw de vich shaamil karo je tusi ajje tak nahi kita finalist bano te jit sakde ho ek car naal bahut sare hor prizes har vaar di itna studio de vich ponche hoye ne Times of Canada to te naal naal bahut hi vadiya mortgage broker Mr Vinay Sharma aao nada swagat karde haan Sharma ji swagat hai ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਕਾਈਂਡ ਵਰਡਸ ਵਾਸਤੇ ਅ ਡੈਫੀਨਿਟਲੀ ਕਾਊਂਟਡਾਊਨ ਸ਼ੁਰੂ ਹੈ ਜੀ 1 ਅਪ੍ਰੈਲ ਹੈ ਤੇ 16 ਨੂੰ ਕਾਰ ਦਿੱਤੀ ਜਾਣੀ ਹੈ ਔਰ 15 ਦਿਨ ਬਾਕੀ ਨੇ 16ਵੇਂ ਦਿਨ ਤੱਕ ਆ ਗਈ ਤੇ ਗਈ ਅੱਜ ਦਾ ਦਿਨ ਵੀ ਗਿਆ ਫੇ ਤਾਂ 14 ਹੀ ਰਹਿ ਗਿਆ ਐਕਚੁਅਲੀ ਔਰ ਨੌਮੀ ਬਾਰ ਤੇ ਨੌਮੀ ਕਾਰ ਐਡਮਿੰਟਨ ਵਾਸਤੇ ਅਸੀਂ ਪੂਰੇ ਹੋ ਗਏ ਆ ਤਿਆਰ ਕਿਉਂਕਿ ਸਾਇੰਸ ਸ਼ਿਪ ਹੋ ਗਿਆ ਇਸ ਵੀਕਐਂਡ ਨੂੰ ਜਿਹੜੇ ਆ ਐਡਵਿੰਟਨ ਦੇ ਵਿੱਚ ਜਿਹੜਾ ਸੇਵਨ ਫੂਡ ਹੈ 24th ਸਟਰੀਟ ਤੇ ਉਹਦੇ ਵਿੱਚ ਸਾਈਨ ਲੱਗ ਜਾਣਗੇ ਸੋ ਐਡਵਿੰਟਨ ਵਾਲੇ ਸਾਰੇ ਜਾ ਕੇ ਉੱਥੇ ਉਹਦੇ ਨਾਲ ਆਪਣੇ ਸਕੈਨ ਕਰ ਸਕਦੇ ਆ ਫੋਟੋ ਖਿਚਾ ਸਕਦੇ ਆ ਫੋਟੋ ਪਾ ਸਕਦੇ ਆ ਔਰ ਕਾਰ ਦਾ ਪਹਾਰ ਵੀ ਪਾ ਸਕਦੇ ਇਸ ਵਿਸਾਖੀ ਦੇ ਉੱਤੇ ਪਰ ਡਰਾ ਜਿਹੜਾ ਆ ਉਹ ਸਰੀਚ ਹੀ ਹੋਏਗਾ ਜੇ ਤੁਸੀਂ ਫਾਈਨਲਿਸਟ ਬਣ ਜਾਂਦੇ ਹੋ ਤਾਂ ਤੁਹਾਨੂੰ ਕਾਰ ਲੈਣ ਸਰੀ ਹੀ ਆਉਣਾ ਪਏਗਾ ਪਰ ਗੁੱਡ ਲੱਕ ਇਨੀ ਕਿ ਡਰਾਈਵਿੰਗ ਜਾਂ ਇਨੀਕ ਫਲਾਈਂਗ ਮੇਰੇ ਖਿਆਲ ਇੱਕ ਕਾਰ ਦੇ ਲਈ ਵਧੀਆ ਗੱਲ ਹੈ ਜੇ ਜੇ ਤੁਸੀਂ ਯੂ نو ਫਾਈਨਲਿਸਟ ਬਣ ਜਾਂਦੇ ਹੋ ਔਰ ਕਾਰ ਜਿੱਤ ਜਾਂਦੇ ਹੋ ਸੋ ਐਡਵੈਂਟਨ ਵਾਲਿਆਂ ਲਈ ਵੀ ਇੱਕ ਸਨੈਰੀ ਮੌਕਾ ਵੈਸੇ 올 ਓਵਰ ਕੈਨੇਡਾ ਤੋਂ ਇੰਟਰੀਆਂ ਬੈ ਸਖਦੀਆਂ ਨੇ ਜਿਵੇਂ ਆਪਾਂ ਗੱਲ ਕੀਤੀ ਸੀ ਸੋ ਸਾਰੇ ਜਣੇ ਐਂਟਰੀ ਪਾ ਸਕਦੇ ਔਰ ਕਾਰਜਿਤ ਕੇ ਲਿਜਾ ਸਕਦੇ ਬਹੁਤ ਐਕਸਾਈਟਮੈਂਟ ਹੈ ਜੀ ਬਿਲਕੁਲ ਸ਼ਰਮਨ ਜੀ ਜਦੋਂ ਤੁਸੀਂ ਕਿਹਾ ਕਿ ਐਡਮਿੰਟਨ ਵਾਲੇ ਵੀ ਐਂਟਰੀਆਂ ਪਾ ਸਕਦੇ ਹੈਗੇ ਆ ਤੇ ਹੁਣ ਉਹ ਇਹ ਪੁੱਛ ਰਹੇ ਸੀ ਕਿ ਜਿੱਦਣ ਫਾਈਨਲਿਸ ਨਿਕਲਣ ਉਹਦੋਂ ਤਾਂ ਸੀ ਆਪਣੇ ਟੀਵੀ ਸੈੱਟ ਮੂਰੇ ਬੈਠਣਾ ਨਾ ਕਾਰ ਲੈਣ ਆਉਣਾ ਪੈਣਾ ਡੈਫੀਨਿਟਲੀ ਡੈਫੀਨਿਟਲੀ ਅਸੀਂ ਪਹਿਲਾਂ ਹੀ ਸੋਚ ਰਏ ਸੀਗੇ ਵੀ ਉਸੇ ਵੇਲੇ ਆ ਬੰਦੇ ਨੂੰ ਆਉਣਾ ਪਏਗਾ ਪਰ ਹੁਣ ਆਪਾਂ ਇਹ ਸੋਚ ਰਹੇ ਹਾਂ ਵੀ ਜਿਹੜਾ ਐਡਮਿੰਟਨ ਦਾ ਫਾਈਨਲਿਸ ਹੈ ਤੇ ਉਹ ਵਿਨਰ ਬਣ ਗਿਆ ਫਿਰ ਉਹਨੂੰ ਟੀਵੀ ਦੇ ਪਰ ਜੇ ਕੋਈ ਲੋਕਲ ਹੈ ਉਹਨਾਂ ਲਈ ਨਹੀਂ ਇਹ ਪ੍ਰੋਵੀਜ਼ਨ ਕਿ ਤੁਸੀਂ ਕਹੋਗੇ ਨਹੀਂ ਮੈਂ ਕੱਲ ਜਾ ਪਤ ਤੁਹਾਨੂੰ ਉਸ ਦਿਨ ਆਉਣਾ ਪੈਣਾ ਸੋ ਜੇ ਕੋਈ ਬਾਹਰਲਾ ਜਿੱਤਦਾ ਹੈ ਗੱਡੀ ਉਹਦੇ ਲਈ ਅਸੀਂ ਇਹ ਪ੍ਰੋਵੀਜ਼ਨ ਹੁਣ ਤਿਆਰ ਕੀਤੀ ਹੈ ਕਿਉਂਕਿ ਉਹ ਰਾਈਟ ਵੇ ਆ ਨਹੀਂ ਸਕਦੇ ਪਰ ਫੋਨ ਚੱਕਣਾ ਬਹੁਤ ਜ਼ਰੂਰੀ ਹੈ ਜਿੰਨੇ ਵੀ ਆਊਟ ਆਫ BC ਵਾਲੇ ਨੇ ਪਰ BC ਵਾਲਿਆਂ ਨੂੰ ਲੈਟ ਸੇ ਕੋਈ ਸਰੀਦ ਆਇਆ ਉਹ ਅੱਧੇ ਪੌਣੇ ਘੰਟੇ ਜਾ ਸਕਦਾ ਜੇ ਕੋਈ ਵੈਨਕੂਵਰ ਹੈ ਉਹ ਘੰਟੇ ਜਾ ਸਕਦਾ ਜੇ ਕੋਈ ਕਿਤੇ ਕੋਕਿਟਲਮ ਦਾਜ ਜਾਂ ਨਾਰਥ ਵੈਨਕੂਵਰ ਜਾਂ ਸਕਾਮਿਸ਼ ਵਿਸਲਰ ਵਾਲਾ ਜਿੱਦਾਂ ਗੱਡੀ ਸੋ ਦੇ ਟਾਈਮ ਦੇ ਮੁਤਾਬਕ ਕਿਉਂਕਿ ਸਾਡੇ ਕੈਮਰੇ ਸਾਡੀ ਟੀਮ ਨੇ ਤੁਹਾਡਾ ਇੰਤਜ਼ਾਰ ਕਰਨਾ ਇਹ ਨੋਬੇ ਤੁਸੀਂ ਸਾਨੂੰ 12 ਘੰਟੇ ਦੇ ਖੜਾ ਰੱਖੋ ਹੋਤੀ ਸੋ ਲੋਕਲ ਜਿੰਨੀ ਜਲਦੀ ਆਉਂਗੇ ਸਾਡੀ ਵੀ ਐਕਸਾਈਟਮੈਂਟ ਐ ਅਸੀਂ ਵੀ ਤੁਹਾਨੂੰ ਚਾਬੀ ਪ੍ਰੈਜ਼ੈਂਟ ਕਰਨੀ ਆ ਫਾਰਮੈਲਿਟੀਆਂ ਕਰਨੀਆਂ ਕੰਪਨੀਆਂ ਦੇ ਸਾਰੇ ਸੀਈਓਜ਼ ਆਏ ਹੁੰਦੇ ਨੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟਸ ਆਏ ਹੁੰਦੇ ਨੇ ਉਹਨਾਂ ਨੇ ਵੀ ਤੁਹਾਨੂੰ ਮਿਲਣਾ ਸੋ ਇਸ ਕਰਕੇ ਜੇ ਤੁਸੀਂ ਲੋਕਲ ਹੋ ਤਾਂ ਜਰੂਰ ਉਸੇ ਦਿਨ ਆਓ ਜੇ ਤੁਸੀਂ ਬਾਹਰ ਲਿਓ ਤਾਂ ਤੁਹਾਨੂੰ ਆਪਾਂ ਟਾਈਮ ਸੈੱਟ ਇਹ ਸਾਰਾ ਕੁਝ ਤਾਂ ਹੀ ਹੋਏਗਾ ਜੇ ਤੁਸੀਂ ਕੋਡ ਸਕੈਨ ਕਰਕੇ ਐਂਟਰੀ ਕਰੋਗੇ ਬਿਲਕੁਲ ਕੋਡ ਸਕੈਨ ਕਰੋ ਫਟਾਫਟ ਕਿਉਂਕਿ QR ਕੋਡ ਪਿੱਛੇ ਦਿੱਤਾ ਹੋਇਆ ਤੇ ਤੁਸੀਂ ਟੀਵੀ ਤੋਂ ਵੀ ਸਕੈਨ ਕਰ ਸਕਦੇ ਹੋ ਹੁਣੇ ਹੀ ਆਪਣੇ ਫੋਨ ਚ ਕੋ ਸਕੈਨ ਕਰੋ ਆਪਣੀ ਇਨਫਰਮੇਸ਼ਨ ਕਰੋ ਬਹੁਤ ਹੀ ਈਜ਼ੀ ਪ੍ਰੋਸੈਸ ਹੈਗਾ ਆ ਪਰ ਹੁਣ ਜਿਵੇਂ ਸ਼ਰਮਨ ਜੀ ਨੇ ਕਿਹਾ ਕਿ ਬਹੁਤ ਹੀ ਸੌਖਾ ਕਰ ਦਿੱਤਾ ਹੈ ਕਿ ਜੇ ਤੁਸੀਂ ਕੈਨੇਡਾ ਚ ਕਿਤੇ ਵੀ ਰਹਿੰਦੇ ਹੋ ਤਾਂ ਤੁਹਾਨੂੰ ਇਹ ਹੈ ਕਿ ਉਸੇ ਦਿਨ ਉੱਥੇ ਪਹੁੰਚਣ ਦੀ ਲੋੜ ਨਹੀਂ ਤੁਸੀਂ ਘਰ ਬੈਠ ਕੇ ਸਕੈਨ ਕਰੋ ਤੇ ਫਿਰ ਤੁਹਾਡੇ ਨਾਲ ਟਾਈਮ ਸੈੱਟ ਕਰ ਲਿਆ ਜਾਏਗਾ ਜਦੋਂ ਤੁਸੀਂ ਪਹੁੰਚੋਗੇ ਤੇ ਤੁਹਾਡੀ ਗੱਡੀ ਤੇ ਗੱਡੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਪ੍ਰਾਈਜ਼ ਹੋਰ ਬਹੁਤ ਪ੍ਰਾਈਜ਼ ਤੁਸੀਂ ਮੈਨੂੰ ਅੱਲੀ ਕਿਹਾ ਸੀਗਾ ਕਿ ਲਸਟ ਲੰਮੀ ਹੋ ਸਕਦੀ ਹੈ ਤੇ ਇੱਕ ਨਾਮ ਹੋਰ ਜੋੜ ਲਿਆ ਤੁਸੀਂ ਇੱਕ ਨਾਮ ਅਜ ਹੋਰ ਜੁੜ ਗਿਆ ਜਿਹੜੇ ਫਾਈਨਲ ਦੇ ਡੇ ਨੂੰ ਆਪਾਂ 10 ਗਿਫਟ ਦੇਣੇ ਸੀ ਕਾਰ ਦੇ ਨਾਲ ਨਾ ਹੋਰ ਉਹ ਐਕਚੁਅਲੀ 10 ਦੇ 11 ਹੋ ਗਿਆ ਸਨ ਤੇ ਅੱਜ ਜੋ 12 ਹੋ ਗਿਆ ਇੱਕ ਬਹੁਤ ਵਧੀਆ ਬਿਊਟੀਫੁਲ ਗਿਫਟ ਬਾਸਕਟ ਜਿਹੜੀ ਐ ਅਕ੍ਰੋਸ ਬਾਰਡਰ ਵੀਜ਼ਾ ਇਮੀਗ੍ਰੇਸ਼ਨ ਦੀ ਕੰਪਨੀ ਐ ਸੜੀ ਦੇ ਵਿੱਚ ਉਹਨਾਂ ਵੱਲੋਂ ਦਿੱਤੀ ਜਾਣੀ ਐ ਸੋ ਵੀ ਉਸ ਦਿਨ ਉੱਥੇ ਸ਼ਾਮਿਲ ਹੋਣਗੇ ਨਾਲ ਸਹਿਯੋਗ ਦੇਣ ਵਾਸਤੇ 16 ਤਰੀਕ ਨੂੰ ਸੋ ਅਕ੍ਰੋਸ ਬਾਰਡਰ ਵੀਜ਼ਾ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਪਸ਼ਵਿੰਦਰ ਬਿਰਕ ਜੀ ਅਵਿਨਾਸ਼ ਜੀ ਤੇ ਸਾਰੀ ਉਹਨਾਂ ਦੀ ਬੜੀ ਅੱਛੀ ਟੀਮ ਐ ਜੀ ਜੀ ਬਿਲਕੁਲ ਤੇ ਨਾਲ ਨਾਲ ਹੁਣ ਬਾਕੀ ਦਾਸ ਪ੍ਰਾਈਜ਼ ਤਾਂ ਪਤਾ ਹੀ ਐ ਸਾਨੂੰ ਕਿਹੜੇ ਕਿਹੜੇ ਨੇ ਜਿਵੇਂ ਤੁਸੀਂ ਦੱਸਿਆ ਕਿ ਐਕਸਾਈਟ ਸਪਾਂਸਰਸ ਦੇ ਵੀ ਸਨੇਹੀ ਆਏ ਆ ਉਹ ਵੀ ਤੇ ਨਾਲ ਨਾਲ ਜਿਹੜੇ ਲੋਕ ਫਾਈਨਲਿਸਟ ਬਣੇ ਆ ਉਹਨਾਂ ਦੀਆਂ ਫੋਟੋਜ਼ ਤੇ ਵੀਡੀਓਜ਼ ਆਈਆਂ ਤੇ ਆਓ ਫੇਰ ਦੇਖੀਏ ਬਿਲਕੁਲ ਆਓ ਦੇਖਦੇ ਆਂ I win for the draw for the uh, car who I uh, belong to the finalists and I uh, win for the Vaisakhi. My name is Sajeet and I'm here in uh, Times hey. of Canada office. I'm the one of the finalists in the, winning the car and happy Vaisakhi from my family to everyone. थैंक यू सर किट टप कंब्रेचुलेट एवरीवन ऑन द वैसाखी डे थैंक यू वेरी मच हेलो दिस इज रंबीर एंड मैं थे आया सी टाइम्स ऑफ कनाडा ऑफिस से ते मैंने गिफ्ट ऑप्शन मिले है ते इसके अंदर काफी कुछ उन्होंने काफी कुछ उन्होंने प्रोडक्ट दीतनी ते उम्मीद करता हां गड्डी दा भी मेरे को अच्छे थी थैंक यू वेरी मच Thank you. Happy Vaisakhi. Happy Vaisakhi. Thank you Times of Canada for the wonderful gifts of the draw and Happy Vaisakhi to everyone from me and my family. ਸਤਿ ਸ੍ਰੀ ਅਕਾਲ। ਮੈਂ ਹਰਮਿੰਦਰ ਰਿਹਲ ਫਰਮ ਗ੍ਰੇਟਵੇ ਫਾਈਨੈਂਸ਼ੀਅਲ ਤੋਂ ਆਪ ਸਭ ਪਰਿਵਾਰਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਇਸ ਸਾਲ ਅਸੀਂ ਟਾਈਮਜ਼ ਆਫ ਕੈਨੇਡਾ ਨਾਲ ਰਲ ਕੇ ਕਾਰ ਗਿਵੈਵੇ ਕਰ ਰਹੇ ਹਾਂ। ਸਾਡੀ ਗ੍ਰੇਟਵੇ ਫਾਈਨੈਂਸ਼ੀਅਲ ਕੰਪਨੀ ਇਸ ਸਪான்ਸਰ ਕਰ ਰਹੀ ਆ। ਤੁਸੀਂ ਵੀ ਆਪਣਾ ਕੋਡ ਸਕੈਨ ਕਰੋ ਹੋ ਸਕਦਾ ਤੁਸੀਂ ਵੀ ਕਾਰ ਦੇ ਜੀਨਰ ਹੋ ਸਕਦੇ ਹੋ ਅਗੇਨ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਕੰਪਨੀ ਗ੍ਰੇਟਵੇ ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਸਾਰੇ ਆਨੰਦ ਸਤਿ ਸ੍ਰੀ ਅਕਾਲ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਮੈਂ ਕਵਲਜੀਤ ਮੋਤੀ ਗ੍ਰੇਟਵੇ ਫਾਈਨੈਂਸ਼ੀਅਲ ਤੋਂ ਅਸੀਂ ਗ੍ਰੇਟਵੇ ਫਾਈਨੈਂਸ਼ੀਅਲ ਤੇ ਆਪ ਜੀ ਲਈ ਬਹੁਤ ਸੋਹਣੇ ਸੋਹਣੇ ਪ੍ਰੋਡਕਟ ਲੈ ਕੇ ਆਏ ਹਾਂ ਰਿਟਾਇਰਮੈਂਟ ਵਾਸਤੇ ਜਿਹੜੇ ਕੀ ਆਪ ਜੀ ਨੂੰ ਰਿਟਾਇਰਮੈਂਟ ਤੇ ਬਹੁਤ ਮਨੀ ਵਾਈਜ਼ ਹੈਲਪ ਕਰ ਸਕਦਾ ਔਰ ਅਸੀਂ ਹੋਰ ਵੀ ਸਾਰੀਆਂ ਇੰਸ਼ੋਰੈਂਸ ਦੀ ਸ ਕਿਸੇ ਵੀ ਟਾਈਮ ਮੈਨੂੰ ਸੰਪਰਕ ਕਰ ਸਕਦੇ ਹੋ ਔਰ ਇਸ ਸਾਲ ਵਿਸਾਖੀ ਦੇ ਮੌਕੇ ਤੇ ਟਾਈਮਜ਼ ਆਫ ਕੈਨੇਡਾ ਦੇ ਨਾਲ ਅਸੀਂ ਗ੍ਰੇਡਵੇ ਮਿਲ ਕੇ ਕਾਰ ਸਪான்ਸਰ ਕੀਤੀ ਹੈ ਔਰ ਇਹ QR ਕੋਡ ਜੋ ਤੁਹਾਡੇ ਸਕਰੀਨ ਤੇ ਆ ਰਿਹਾ ਹੈ ਇਹਨੂੰ ਸਕੈਨ ਕਰੋ ਔਰ ਆਪ ਜੀ ਇਸ ਕਾਰ ਦੇ ਜਿੱਤ ਦੇ ਵਿੱਚ ਸ਼ਾਮਿਲ ਹੋਵੋ ਔਰ ਇਸੇ ਤਰ੍ਹਾਂ ਦਾ ਇਹ ਹੀ ਬੇਨਤੀ ਕਰੇਗਾ ਕਿ ਆਪ ਜੀ ਕੋਵਿਡ ਦੇ ਟਾਈਮ ਦੇ ਉੱਤੇ ਸਟੇ ਸੇਫ ਐਂਡ ਹੈਪੀ ਐਂਡ ਇੰਜੋਏ ਦਾ ਵਿਸਾਖੀ ਸਤਿ ਸ੍ਰੀ ਅਕਾਲ ਜੀ ਨੀ ਨਾਈਸ ਸਾਰੇ ਜਣੇ ਬਹੁਤ ਹੀ ਐਕਸਾਈਟਿਡ ਹੈਗੇ ਨੇ ਨਾਲ ਨਾਲ ਐਵਰੀਡੇ ਪ੍ਰਾਈਜ਼ ਜਿੱਤ ਰਹੇ ਨੇ ਕੈਸ਼ ਵੈਲਿਊ ਵਾਲੇ ਪ੍ਰਾਈਜ਼ ਨੇ ਚਾਹੇ 7 ਫੂਡ ਹੈ ਮਾਮਾ ਮੀਆ ਰੋਜ਼ੀਨੀ ਬੁਜ਼ੀਨੀ ਰੈਡ ਰੋਜ਼ ਕਿਸੇ ਵੀ ਰੈਸਟੋਰੈਂਟ ਮੈਨੂੰ ਹਰ ਜਿੰਨਾ ਯਾਦ ਹੋ ਗਏ ਪੰਜਾਬ ਕਲੋਥ ਹਾਊਸ ਐਸ ਜੀ ਆਈ ਸੈਲਜ਼ ਸੋ ਬਹੁਤ سارے ਸਪਾਂਸਰਸ ਹੈਗੇ ਨੇ ਤੇ ਨਾਲ ਨਾਲ ਬਿਨਾਂ ਕੈਸ਼ ਵੈਲਿਊ ਵਾਲੇ ਪ੍ਰਾਈਜ਼ ਹੈਗੇ ਆ ਤੁਹਾਡੇ ਵੱਲੋਂ ਵੀ ਦਿੱਤਾ ਜਾ ਰਿਹਾ ਕੀ ਹੈ ਜੀ ਹਾਂਜੀ ਮੈਂ ਉਹ ਵੀ ਸਾਰਾ ਕੁਝ ਦੱਸ ਦਿੰਨਾ ਸਭ ਤੋਂ ਪਹਿਲਾਂ ਤਾਂ 1500 ਡਾਲਰ ਜਿਹੜਾ ਆ ਉਹ ਆਪਾਂ ਕੋਈ ਵੀ ਜੇ ਪਰਚੇਸ ਕਰਦੇ ਆ ਮਿਸਟਰੀ ਵਿਸ਼ੇ ਸਰੀ ਵਾਲਿਆਂ ਕੋ ਜਰੂਰੀ ਨਹੀਂ ਤੁਸੀਂ ਹੀ ਕਰਨੀ ਹੈ ਤੁਸੀਂ ਆਪਣੇ ਫੇਸਬੁੱਕ ਤੇ ਪਾਗ ਦੇ ਸਕਦੇ ਹੋ ਕਿ ਮੇਰੇ ਕੋ 1500 ਡਾਲਰ ਦਾ ਗਿਫਟ ਕਾਰਡ ਹੈ ਲੈ ਜਾਓ ਜene ਲੈ ਜਾਣਾ ਫ੍ਰੀ ਦਿਓ ਆਪਣੇ ਦੋਸਤਾਂ ਨੂੰ ਜੇ ਉਹ ਕਾਰ ਲੈ ਰਹੇ ਨੇ ਤਾਂ ਉਹ ਚੋ ਯੂਜ਼ ਕਰ ਸਕਦੇ ਉਹਨਾਂ ਨੂੰ 1500 ਡਾਲਰ ਚੈੱਕ ਬੈਕ ਮਿਲੇਗਾ ਜਾਂ ਪ੍ਰਾਈਸ ਦੇ ਵਿੱਚੋਂ ਕੱਟ ਦੇ ਸਕਦੇ ਨੇ ਉਹਨੇ ਇਸੇ ਤਰ੍ਹਾਂ ਗਗਨ ਧਾਲੀਵਾਲ ਜੀ ਜਿਹੜੇ ਰੀਅਲਟਰ ਨੇ ਜੀ ਉਹਨਾਂ ਨਾਲ ਆਪਾਂ ਡੀਲ ਕਰਦੇ ਆ ਤੁਹਾਨੂੰ 1000 ਡਾਲਰ ਦਾ ਗਿਫਟ ਕਾਰਡ ਦੇ ਰਹੇ ਨੇ ਤਾਂ 1000 ਡਾਲਰ ਤੁਹਾਨੂੰ ਵਾਪਸ ਦੇਣਗੇ ਔਰ ਜੇ ਤੁਸੀਂ ਕੋਈ ਵੀ ਜ਼ਮੀਨ ਜਾਇਦਾਦ ਖੇਤ ਪੱਕਾ ਪਤਾ ਔਰ ਉਹਦੇ ਲਈ ਮੈਂ ਤੁਹਾਨੂੰ 500 ਡਾਲਰ ਦਾ ਗਿਫਟ ਕਾਰਡ ਦੇ ਰਿਹਾ ਜੇ ਤੁਸੀਂ ਫਾਈਨਲਿਸਟ ਬਣਦੇ ਹੋ ਜੇ ਫਾਈਨਲਿਸਟ ਨਹੀਂ ਵੀ ਬਣਦੇ ਹੋ ਐਂਟਰੀ ਕਰਦੇ ਹੋ ਤੁਸੀਂ ਆ ਕੇ ਸਾਡੇ ਆਫਿਸ ਦੇ ਵਿੱਚੋਂ ਉਹ ਗਿਫਟ ਕਾਰਡ ਲੈ ਜਾ ਸਕਦੇ ਹੋ ਐਸ ਲੌਂਗ ਐਸ ਤੁਸੀਂ ਐਂਟਰੀ ਕਰ ਰਹੇ ਹੋ ਇਸ ਡਰਾ ਦੇ ਵਿੱਚ ਉਹ ਜਿਹੜਾ 500 ਡਾਲਰ ਦਾ ਗਿਫਟ ਕਾਰਡ ਹੈ ਜਦੋਂ ਵੀ ਤੁਸੀਂ ਮਾਰਗੇਜ ਕਰਾਉਂਗੇ ਕਿਸੇ ਤਰ੍ਹਾਂ ਦੀ ਰੀਫਾਈਨਾਂਸਿੰਗ ਕਰਾਉਂਦੇ ਹੋ ਪ੍ਰਾਈਵੇਟ ਮਾਰਗੇਜ ਕਰਾਉਂਦੇ ਹੋ ਕਮਰਸ਼ੀਅਲ ਮਾਰਗੇਜ ਕਰਾਉਂਦੇ ਹੋ ਪਰਚੇਸ ਕਰਾਉਂਦੇ ਹੋ ਉਹ ਤੁਹਾਨੂੰ 500 ਡਾਲਰ ਮੈਂ ਕੋਲੋਂ ਇੱਕ ਚੈੱਕ ਲਿਖ ਕੇ ਦਊਂਗਾ ਜਿਹੜਾ ਕਿ ਤੁਸੀਂ enjoy ਕਰ ਸਕਦੇ ਬਿਲਕੁਲ ਤੇ ਨਾਲ ਨਾਲ ਤੁਸੀਂ ਕੱਲ ਇਹ ਵੀ ਕਿਹਾ ਸੀਗਾ ਕਿ ਜੇ ਤੁਸੀਂ ਨਹੀਂ ਵੀ ਫਾਈਨਲਿਸਟ ਬੰਦੇ ਤੁਹਾਡਾ ਨਾਮ ਨਹੀਂ ਵੀ ਆਉਂਦਾ ਅਨਲਕਲੀ ਪਰ ਵੈਸੇ ਤਾਂ ਸਾਰਿਆਂ ਦੇ ਨਾਮ ਆ ਹੀ ਰਹੇ ਆ ਜੇ 1 2 3 ਦਿਨ ਟਰਾਈ ਕਰਦੇ ਹੋ ਤਾਂ ਚੌਥੇ ਦਿਨ ਪੱਕਾ ਫਰਸ਼ਰ ਉਹਨਾਂ ਦਾ ਨਾਮ ਜਿਹੜਾ ਉਹ ਲਿਸਟ ਦੇ ਵਿੱਚ ਆ ਜਾਂਦਾ ਪਰ ਜੇ ਮੰਨ ਲਓ ਨਹੀਂ ਆਉਂਦਾ ਤਾਂ ਤਾਂ ਵੀ ਇਹ ਵਾਲੇ ਜਿਹੜੇ ਪ੍ਰਾਈਸ ਹੈਗੇ ਆ ਲੈ ਸਕਦੇ ਆਹ ਜਿਹੜੇ ਤਿੰਨ ਨੇ ਜਿਹੜੇ ਕੈਸ਼ ਵੈਲਿਊ ਨਹੀਂ ਹੈ ਤੁਸੀਂ ਸਰਵਿਸਿਜ਼ ਲੈ ਸਕਦੇ ਤੇ ਇਹਨਾਂ ਦੇ ਤਿੰਨਾਂ ਦੇ ਕੂਪਨ ਅਸੀਂ ਤੁਹਾਨੂੰ ਦੇਵਾਂਗੇ परना तो जरूर पाएगा बस इन खिचड़ा है पर ऐसा तुम्हें तो एंट्री कर रहे हो आप चाहते कि एंट्री जरूर करो जो अभी फाइनलिस्ट नहीं बने तभी यह तीन कूपन को आगे ले जा सकते हो पांच सौ डॉलर वाला हज़ार डॉलर वाला और पंद्रह सौ डॉलर वाला सो तो ये तो अपने को ले जाके रखो ना अचानक मन बन गया भी हम आपको परचेज़ करनी है जब लैनी है ਕਰ ਲਓ ਜੂਸ ਤੇ ਪੰਜ ਡਾਲਰ ਤੇ ਵੀਡੀਓਜ਼ ਜਿਹੜੇ ਬਣਾ ਕੇ ਭੇਜ ਰਹੇ ਆ ਉਹਨਾਂ ਦੇ ਲਈ ਵੀ ਪ੍ਰਾਈਜ਼ ਹੈ ਹਾਂ ਟਿਮ ਹੌਟ ਦਾ ਗਿਫਟ ਕਾਰਡ ਉਹ ਆਪਾਂ ਕਾਫੀ ਦੇ ਰਹੇ ਆ ਉਹਨਾਂ ਨੂੰ ਜਿਹੜੇ ਕੀ ਆਪਣੀਆਂ ਵੀਡੀਓਜ਼ ਬੜੀ ਪਿਆਰੀਆਂ ਵੀਡੀਓਜ਼ ਆ ਰਹੀਆਂ ਨੇ ਛੇਤੀ ਟੀਵੀ ਤੇ ਵੀ ਦਿਖਾਵਾਂਗੇ ਉਹ ਵੀ ਕਰਦੇ ਰਹੋ ਤੁਸੀਂ ਇਸੇ ਤਰ੍ਹਾਂ ਚਾਹੇ ਤੁਸੀਂ ਕੁਝ ਬੋਲ ਕੇ ਵੀਡੀਓ ਪਾ ਸਕਦੇ ਹੋ ਜਾਂ ਸਾਡਾ ਜਿਹੜਾ ਟੀਵੀ ਦੇ ਸੀ ਆਉਨੇ ਆ ਤੇ ਟੀਵੀ ਵਾਲਾ ਸ਼ਾਰਟ ਲੈ ਕੇ ਉਹਦੋਂ ਬੈਕਗ੍ਰਾਉਂਡ ਬਣਾ ਕੇ ਕਰ ਸਕਦੇ ਹੋ ਕੁਝ ਵੀ ਕ੍ਰੀਏਟਿਵ ਕਰੋ ਕੁਝ ਵੀ ਤੁਸੀਂ ਜਿੰਗਲ ਬਣਾ ਕੇ ਸਾਨੂੰ ਭੇਜੋ ਵੀਡੀਓ ਬਣਾ ਕੇ ਭੇਜੋ ਟਿਕਟੌਕ ਤੇ ਪਾਓ ਸਾਨੂੰ ਟੈਗ ਕਰ ਦਿਓ 10 ਡਾਲਰ ਦਾ ਗਿਫ ਪਲਾਨs ਹੈਗੇ ਨੇ ਹਾਂਜੀ ਲੌਂਗ ਵੀਕਐਂਡ ਤੇ ਇਸ ਵੀਕਐਂਡ ਜਿਹੜੀ ਗੱਡੀ ਐ ਸਕਾਟ ਡੇਲ ਜਾ ਰਹੀ ਐ ਜੀ ਜਿਹੜਾ ਕਿ ਜਿੱਥੇ ਕੀ ਫਾਈਨਲ ਡਰਾਮਾ ਹੋਣਾ ਉੱਥੇ ਅੱਜ ਤੇ ਮਤਲਬ ਇਸ ਸੈਟਰਡੇ ਨੂੰ ਵੀ ਗੱਡੀ ਜਾ ਰਹੀ ਐ ਸੋ ਜਿਨ੍ਹਾਂ ਨੇ ਉੱਥੇ ਵਿਜ਼ਿਟ ਕਰਨਾ ਐ ਸਕਾਟ ਡੇਲ ਜਿਹੜਾ ਕਿ 72 ਐਂਡ ਸਕਾਟ ਰੋਡ ਦੇ ਕੋਰਨਰ ਤੇ ਸੇਵਨ ਫੂਡ ਐ ਉੱਥੇ ਇਸ ਵੀਕਐਂਡ ਨੂੰ ਸਾਡੀ ਟੀਮ ਪਹੁੰਚੇਗੀ ਗੱਡੀ ਲੱਗੇਗੀ ਕਲ ਮੈਂ ਕਿ ਐਸੀ ਬਲੂਨ ਲੱਗਣਗੇ ਤੇ ਤੁਸੀਂ ਜਿਹੜੀਆਂ ਨੇ ਪਿਕਚਰਸ ਖੇ ਸਕਦੇ ਹੋ ਵੀਡੀਓਜ਼ ਬਣਾ ਸਕਦੇ ਹੋ ਤੇ ਉੱਥੇ ਹੀ ਨਾਲ-ਨਾਲ ਗਰੋਸਰੀ ਕਰ ਸਕਦੇ ਹੋ ਨਾਲ-ਨਾਲ ਸਕੈਨ ਕਰਕੇ ਪ੍ਰਾਈਜ਼ ਡਰਾਅ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰ ਸਕਦੇ ਹੋ ਕਿ ਅੱਜ ਦੀ ਲਿਸਟ ਵੀ ਬੜੀ ਲੰਬੀ ਹੈ ਫਿਰ ਕਰਦੀ ਐਨਾਉਂਸ ਕਰ ਰਹੇ ਹਾਂ ਜੀ ਸ਼ੁਰੂ ਲਾਉ ਮੈਨ ਕਾ ਲਾ ਕੇ ਜੀ ਬਿਲਕੁਲ ਤੇ ਸ਼ੁਰੂਆਤ ਕਰਦਾ ਔਰ ਤੁਸੀਂ ਧਿਆਨ ਰੱਖਣਾ ਜੀ ਕਿ ਕੋਈ ਮਿਸ ਕਰ ਗਏ ਤੇ ਤੁਸੀਂ ਮੈਨ ਬਿਲਕੁਲ ਮੇਰੇ ਨਿਗਾਹ ਜਿਹੜੀ ਹੈ ਬਿਲਕੁਲ ਫਾਈਨਲਿਸਟ ਦੇ ਉੱਤੇ ਹੈ ਕੋਈ ਰਹਿ ਨਾ ਜਾਵੇ ਬਹੁਤ ਸਾਰੇ ਨਾਮ ਹੈਗੇ ਨੇ ਤੇ ਕਰਦੇ ਹਾਂ ਸ਼ੁਰੂਆਤ ਜੀ ਸਭ ਤੋਂ ਪਹਿਲੇ ਜਿਹੜੇ ਦੋ ਗਿਫਟ ਜਿਹੜੇ ਕੀ ਉਹਨਾਂ ਦੇ winner ਹੋਏ ਨੇ ਔਰ finalist ਬਣੇ ਨੇ ਬਾਨੂ ਬਵੇਜਾ ਜੀ ਔਰ ਸੋਜ਼ਨ வால்ਟਰ ਡੈਲਟਾ ਤੋਂ ਤੇ ਬਵੇਜਾ ਜੀ ਵੈਨਕੂਵਰ ਤੋਂ ਕੰਗ੍ਰੈਚੁਲੇਸ਼ਨਸ ਟੂ ਬੋਥ ਆਫ ਯੂ ਫਰ ਜ਼ਨੀ ਰੈਸਟੋਰੈਂਟ ਲਾਡਰ ਗਿਫਟ ਕਾਰਡ ਐਸ ਸਰੀ ਦੇ ਕੈਰਨ ਕੂਪਰ ਜਿੱਤੇ ਕੈਰਨ ਜੀ ਕੈਰਨ ਕੰਗ੍ਰੈਚੁਲੇਸ਼ਨਸ ਕੈਲਗਰੀ ਸਵੀਟਸ ਵੱਲੋਂ ਗੁਰਦੇਵ ਸਿੰਘ ਖੈਰਾ ਜੀ ਨੂੰ ਉਹਨਾਂ ਦਾ ਗਿਫਟ ਕਾਰਡ ਮਿਲ ਰਿਹਾ ਜਿਹੜੇ ਸਰੀ ਦੇ ਨੇ ਮਿਸਟਰ ਕੇੜਾ ਕੰਗ੍ਰੈਚੁਲੇਸ਼ਨਸ ਚਿਕ ਚਿਕ ਚਿਕਨ ਜਿਹੜਾ ਕਿ ਸਰੀ ਦੇ ਵਿੱਚ ਹੈ ਉਹਦੇ ਫਾਈਨਲਿਸਟ ਤੇ ਦੋ ਗਿਫਟਾਂ ਦੇ ਵਿਨਰਸ ਬਣੇ ਨੇ ਅਮਨਕੌਰ ਤੇ ਅਮਰਪ੍ਰੀਤ ਸੰਧੂ ਦੋਨੇ ਹੀ ਸਰੀ ਦੇ ਨੇ ਕੰਗ੍ਰੈਚੁਲੇਸ਼ਨਸ ਜਿਸ ਸਾਈਜ਼ ਦੇ ਦੋ ਗਿਫਟ ਕਾਰਡ ਨੇ ਜੀ ਉਹਨਾਂ ਦੇ ਵਿਨਰ ਨੇ ਅਮਰਜੀਤ ਕੌਰ ਖੈਰਾ ਤੇ ਦਲਜੀਤ ਪੌਲ ਕੰਗ੍ਰੈਚੁਲੇਸ਼ਨਸ ਟੂ ਬੋਥ ਆਫ ਯੂ ਮਾਮਾ ਮੀਆਂ ਦੇ ਦੋ ਗਿਫਟ ਕਾਰਡ ਨੇ ਜੀ ਜਿਨ੍ਹਾਂ ਚੋਂ ਆਦੀ ਆਈਸਕ੍ਰੀਮ ਫਲੂਦਾਸ ਵਗੈਰਾ ਨੇ ਉਹਦੇ ਨਹੀਂ ਨਹੀਂ ਜੀ ਐਕਚੁਅਲੀ ਹਾਂਜੀ ਤਿੰਨ ਨੇ ਜੀ ਤਿੰਨ ਲਓ ਇੱਕ ਹੋਰ ਵੀ ਆ ਲਓ ਦੇਖਿਆ ਸੀ ਫਿਰ ਮੈਨੂੰ ਫੜ ਲਿਆ ਇੱਥੇ ਸੋ ਇਹਦੇ ਤਿੰਨ ਗਿਫਟ ਕਾਰਡ ਜਿਤੜੇ ਨੇ ਉਹਨਾਂ ਚੋਂ ਪਹਿਲੇ ਨੇ ਅਵਨੀਤ ਹੇਰ ਦੂਸਰੇ ਨੇ ਨਿਸ਼ਟਾ ਚਾਵਲਾ ਤੇ ਜਿਹਨੇ ਜੀ ਰਾਜਨਕੌਰ ਇੰਜੋਏ ਯੂਰ ਫ੍ਰੀ ਆਈਸਕ੍ਰੀਮਸ ਫਲੂਦਾ অর ਐਨੀਥਿੰਗ ਯੂ ਵਾਂਟ ਜੀ ਨਾਨਕ ਮਠਾਈ ਦੇ ਜਿਹੜਾ ਡੱਬਾ ਆ ਉਹਨਾਂ ਉਹਦੇ winner ਬਣੇ ਨੇ ਜੀ ਪਰਮਜੀਤ ਦਿਓਲ ਕੰਗ੍ਰੈਚੁਲੇਸ਼ਨਸ ਪੰਜਾਬ ਕਲਾ ਹਾਊਸ ਵੇਅਰ ਹਾਊਸ ਜਿਹੜਾ ਉਹਨਾਂ ਦਾ ਸਰੀ ਦੇ ਵਿੱਚ ਸਾਡੇ ਅਰੋੜਾ ਭਰਾ ਉਹਨਾਂ ਵੱਲੋਂ ਇੱਕ ਸੂਟਕੇਸ ਤੇ ਇੱਕ ਬਲੈਂਕਟ winner ਨੇ ਜੀ ਪ੍ਰਿਆ ਗਰੇਵਾਲ ਤੇ ਸੁਖਦੀਪ ਸਿੰਘ ਕੰਗ੍ਰੈਚੁਲੇਸ਼ਨਸ ਰੈਡ ਰੋਜ਼ ਰੈਸਟੋਰੈਂਟ ਦਾ ਗਿਫਟ ਕਾਰਡ ਵੇਵ ਨਿਲਸਨ ਨੂੰ ਜਾ ਰਿਹਾ ਜੀ ਕੰਗ੍ਰੈਚੁਲੇਸ਼ਨਸ ਰੋਜ਼ੀਨੀ ਰੈਸਟੋਰੈਂਟ ਦਾ ਜਿਹੜਾ ਗਿਫਟ ਕਾਰਡ ਹੈ ਨਿਊ ਵੈਸਟ ਦੇ ਆਇਸ਼ਾ ਸ਼ਰਮਾ ਜੀ ਨੂੰ ਜਾ ਰਿਹਾ ਕੰਗ੍ਰੈਚੁਲੇਸ਼ਨਸ ਸੇਵ 1 ਫੂਡਸ ਦੇ ਵੀ ਗਿਫਟ ਕਾਰਡ ਦੇ ਫਾਈਨਲਿਸਟ ਨੇ ਜੀ ਰਿਸ਼ਿਪ ਕਪੂਰ ਨਿਊ ਵੈਸਟ ਤੋਂ ਔਰ ਉਹਨਾਂ ਦੇ ਨਾਲ-ਨਾਲ ਨੇ ਕ੍ਰਿਸਟੀ ਫੂ ਗਾਣਾ ਸਰੀ ਤੇ ਜੀ ਕੰਗ੍ਰੈਚੁਲੇਸ਼ਨਸ ਐਸਜੀਆਈ ਸੈਲ ਤੋਂ ਮਿਸਟਰ ਜੱਗੀ ਜੀ ਦੇ ਆਪਾਂ ਫੇਰ ਚਾਰ ਗਿਫਟ ਕਾਰਡ ਅੱਜ ਦੇ ਰਹੇ ਆ ਜਿਨ੍ਹਾਂ ਵਿੱਚੋਂ ਪਹਿਲੇ ਫਾਈਨਲਿਸਟ ਨੇ ਔਰ ਵਿਨਰ ਨੇ ਪੁਨੀਤ ਤਿੰਸਾ ਦੂਸਰੇ ਨੇ ਜੀ ਰਸ਼ਪਾਲ ਸੰਗਾ ਤੀਜੇ ਨੇ ਜਗਦੀਪ ਸਿੰਘ ਜੀ ਚੌਥੇ ਨੇ ਮਨਜੀਤ ਸਿੱਧੂ ਜਿਹੜੇ ਕੀ ਐਪਸੋਰਟ ਤੋਂ ਨੇ ਕੰਗ੍ਰੈਚੁਲੇਸ਼ਨਸ ਟੂ ਫੋਰ ਅ ਫੀਅਰ ਸਰੀ ਬੋਰਡ ਆਫ ਟ੍ਰੇਡ ਦੇ ਦੋ ਗਿਫਟ ਕਾਰਡ ਨੇ ਜੀ ਗੁਰਵਖਸ਼ ਥਿੰਦ ਤੇ ਤਨਜੋਤ ਸਿੱਧੂ ਜੀ ਕੰਗ੍ਰੈਚੁਲੇਸ਼ਨਸ ਉਸਤਾਦ ਜੀ ਦਾ ਗਿਫਟ ਕਾਰਡ ਉਸਤਾਦ ਜੀ ਜਿਹੜੇ ਕੀ 94 ਤੇ ਸਕਾਟ ਰੋਡ ਤੋਂ ਨੇ ਔਰ ਇਹੜਾ ਗਿਫਟ ਕਾਰਡ ਹੈ ਤੁਸੀਂ ਟੇਕ ਆਊਟ ਲਈ ਵੀ ਯੂਜ਼ ਕਰ ਸਕਦੇ ਹੋ ਮੁਹੰਮਦ ਸਦੀਕੀ ਸਾਹਿਬ ਕੰਗ੍ਰੈਚੁਲੇਸ਼ਨਸ ਔਰ ਵੈਸਟਰਨ ਕਮਿਊਨਿਟੀ ਕਾਲਜ ਦੀ ਜਿਹੜੀ ਸਕਾਲਰਸ਼ਿਪ ਹੈ 100 ਡਾਲਰ ਦੀ ਉਹਦੇ ਅੱਜ ਦੇ ਵਿਨਰ ਬਣੇ ਨੇ ਤੇ ਫਾਈਨਲਿਸਟ ਬਣੇ ਨੇ ਜੀ ਗਗਨ ਕੌਸ਼ਲ ਸੋ ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ ਤੁਸੀਂ ਅੱਜ ਗਿਫਟ ਵੀ ਜਿੱਤੇ ਹੋ ਤੇ ਨਾਲ ਨਾਲ ਤੁਸੀਂ ਬਣ ਗਏ ਹੋ ਫਾਈਨਲਿਸਟ ਤੇ ਤੁਹਾਡਾ ਨਾਮ ਉਸ ਡਰਾ ਦੇ ਵਿੱਚ ਸ਼ਾਮਿਲ ਹੋ ਗਿਆ ਤੇ ਉਸ ਦਿਨ ਤੁਸੀਂ ਜਿੱਤ ਸਕਦੇ ਹੋ ਬਹੁਤ ਸਾਰੇ ਪ੍ਰਾਈਜ਼ਸ ਤੇ ਨਾਲ ਨਾਲ ਕਾਰ ਵੀ ਜਿੱਤ ਸਕਦੇ ਹੋ ਡਾਇਮੰਡ ਰਿੰਗ ਹੈ ਲੈਪਟਾਪ ਹੈ ਟਿਕਟ ਟੂ ਇੰਡੀਆ ਟਿਕਟ ਟੂ ਵੈਗਸ ਬਹੁਤ ਸਾਰੀਆਂ ਚੀਜ਼ਾਂ ਨੇ ਤੁਸੀਂ ਜਿੱਤ ਸਕਦੇ ਹੋ ਤੇ ਜਿਹੜੀ ਲਿਸਟ ਹੈ ਉਹ ਲਗਾਤਾਰ ਹਰ ਦਿਨ ਲੰਬੀ ਹੁੰਦੀ ਜਾ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਬਹੁਤ ਲੰਬੀ ਹੋ ਰਹੀ ਲਿਸਟ ਮੈਂ ਇੱਕ ਵਾਰ ਦੱਸਣਾ ਚਾਹੁੰਦਾ ਜਿਹੜੇ ਤੁਸੀਂ ਹੁਣੇ ਗਿਫਟ ਦੱਸੇ ਵੀ ਸਾਰੇ ਮੈਂ ਬੋਲ ਦੇਣਾ ਫਟਾਫਟ ਸਭ ਤੋਂ ਵੱਡਾ ਡਰਾਅ ਔਰ ਗਿਫਟ ਤੱਕ ਕਾਰ ਦਾ ਹੈ ਪਰ ਆਪਾਂ ਕਾਰ ਨੂੰ ਇਦਾਂ ਨਹੀਂ ਮੰਨ ਕੇ ਚੱਲ ਰਹੇ ਕਿ ਕਾਰ ਗਿਫਟ ਹੈ ਜਾਂ ਦੂਜੀ ਇਹਨੂੰ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਕਿਉਂਕਿ ਵਿਸਾਖੀ ਦਾ ਮੌਕਾ ਔਰ ਸਭ ਨੇ ਕੁਛ ਨਾ ਕੁਛ ਕਮਿਊਨਿਟੀ ਨੂੰ ਵਾਪਸ ਦੇਣਾ ਔਰ ਆਪਾਂ ਗਿਵਿੰਗ ਬੈਕ ਟੂ ਦ ਕਮਿਊਨਿਟੀ ਸਪਿਰਿਟ ਦੇ ਨਾਲ ਲੱਗੇ ਹੋਏ ਹਾਂ ਤੋਂ ਉਹਦੇ ਵਿੱਚ ਪਹਿਲਾ ਕਾਰ ਦਾ ਗਿਫਟ ਹੈ ਜਿਹੜੇ ਕਿ ਸੇਵਨ ਫੂਡ ਸਪான்ਸਰ ਕਰ ਰਹੇ ਨੇ ਔਰ ਅਸੀਂ ਟਾਈਮਜ਼ ਆਫ ਕੈਨੇਡਾ ਤੇ ਐਫ ਆਈ ਆਈ ਮੀਡੀਆ ਰਲ ਕੇ ਦੇ ਰਹੇ ਹਾਂ ਕਿਉਂਕਿ ਅਸੀਂ ਇਹ ਕੈਂਪੇਨ ਨੂੰ ਚਲਾ ਰਹੇ ਹਾਂ ਸੋ ਕਾਰ ਦਾ ਗਿਫਟ ਸਾਡੇ ਤਿੰਨਾਂ और ट्रिप टू लॉस वेगस जड़ा साझा टीव और बी एंड बी ट्रस्ट वालों है टी वी जोड़ा है पाब कलॉथवेयरहाउस वालों है टैबलेट टोनी वल रियल्टरजी दे रहे हैं टिकट टू इंडिया जस्ल साइंस वाले दे रहे हैं दो हज़ार डॉलर की स्कॉलरशिप वैसटन कम्यूनिटी कॉलेज वाले दे रहे हैं लैपटॉप अरोड़ा इमीग्रेन वे दे रहे हैं और इस अलावा तो सेवन फूड की एक बास्कट होएगी एक गिफ्ट बासकेट सरी बोर्ड ऑफ ट्रेड वालों होएगी एक गिफ्ट बास्कट जी है बी एम ग्रुप वालों होएगी एक गिफ्ट बास्कट जी एकरोस बॉडर वीजा वालों होएगी ये बारह ने जी ਆਮ ਵੈਰੀ ਸ਼ੋਰ 15 ਤੋ ਹੋਈ ਜਾਂਦੀ ਹੈ ਵੈਰੀ ਨਾਈਸ ਕਿਉਂਕਿ ਹੁਣ ਦਿਨ ਵੀ ਥੋੜੇ ਰਹਿ ਗਏ ਜਿੱਦਾਂ ਮੈਂ ਕਿਹਾ ਕਿ ਕਾਊਂਟਡਾਊਨ ਸਟਾਰਟ ਹੋ ਗਿਆ ਹੈ ਤੇ ਹੁਣ ਸਿਰਫ ਤੇ ਸਿਰਫ ਅੱਜ ਦਾ ਦਿਨ ਗਿਆ 14 ਦਿਨ ਰਹਿ ਗਏ ਹੈਗੇ ਕਿਉਂਕਿ 16 ਤਰੀਕ ਨੂੰ ਤਾਂ ਫਾਈਨਲ ਡਰਾ ਨਿਕਲਣਾ ਨਿਕਲਣਾ ਕਿੱਥੇ ਨਿਕਲਣਾ ਇੱਕ ਵਾਰ ਫਿਰ ਤੋਂ ਇਹ ਜਿਹੜਾ ਫਾਈਨਲ ਡਰਾ ਹੈ ਇਹ ਸਕਾਟ ਡੇਲ ਮਾਲ ਜਿਹੜਾ 72 ਐਂਡ ਸਕਾਟ ਰੋਡ ਹੈ ਜਿੱਥੇ ਸੀ ਇਸ ਵੀਕਐਂਡ ਵੀ ਹੋਣਾ ਕਾਰ ਲੈ ਕੇ ਉਸ ਜਗ੍ਹਾ ਤੇ ਹੀ ਨਿਕਲੇਗਾ ਫਰਾਈਡੇ ਵਾਲੇ ਦਿਨ ਵਿਸਾਖੀ ਤੋਂ ਅਗਲਾ ਵੀਕਐਂਡ ਜਿਹੜਾ ਆ ਰਿਹਾ ਵੀਕਡੇਜ਼ 'ਚ ਵਿਸਾਖੀ ਦਾ ਪਾਵਨ ਤਿਹਾਰ ਆ ਰਿਹਾ ਤੇ ਉੱਥੇ ਹੋਏਗਾ ਪਰ ਤੁਸੀਂ ਸਾਰਿਆਂ ਨੇ ਆਉਣਾ ਨਹੀਂ ਪਰ ਅਸੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਸਾਡੇ ਸੋਸ਼ਲ ਮੀਡੀਆ ਨੂੰ ਲਾਈਕ ਕਰੋ ਫੋਲੋ ਕਰੋ ਇਹ ਸਾਰਾ ਕੁਝ ਤੁਹਾਨੂੰ ਉਸ ਦਿਨ ਸੰਜਾ ਟੀਵੀ ਤੇ ਲਾਈਵ ਜਾਵੇਂ ਸੰਜਾ ਟੀਵੀ ਦਾ ਜਿਹੜਾ ਫੇਸਬੁੱਕ ਪੇਜ ਹੈ ਉੱਤੇ ਲਾਈਵ ਜਾਂ ਟਾਈਮਜ਼ ਆਫ ਕੈਨੇਡਾ ਦੇ ਫੇਸਬੁੱਕ ਪੇਜ ਤੇ ਲਾਈਵ ਦੇਖਣ ਨੂੰ ਮਿਲੇਗਾ ਮੰਨ ਲਓ ਤੁਸੀਂ ਕੰਮ ਤੇ ਉਹ ਟੀਵੀ ਨਹੀਂ ਦੇਖ ਪਾ ਰਹੇ ਫੋਨ ਤਾਂ ਔਨ ਕਰਕੇ ਦੇਖ ਸਕਦੇ ਹੋ ਨਾ ਉਸ ਉਹਨੇ ਟਾਈਮ ਤੁਸੀਂ ਆਫ ਲੈ ਕੇ ਜਾਂ ਜਿਵੇਂ ਵੀ ਤੁਸੀਂ ਕਰਨਾ ਹੈ ਕਿਉਂਕਿ ਜੇ ਕਾਰ ਜਿੱਤਣੀ ਹੈ ਥੋੜਾ ਜਿਆਦਾ ਤਾਂ ਬਲੀਦਾਨ ਕਰਨਾ ਪੈਣਾ ਤੇ ਜਦੋਂ ਅਸੀਂ ਕਾਲ ਕਰਾਂਗੇ ਫੋਨ ਚੱਕਣਾ ਬਹੁਤ ਜ਼ਰੂਰੀ ਹੈ ਜਿਹੜਾ ਨੰਬਰ ਤੁਸੀਂ ਐਂਟਰੀ ਚ ਪਾਇਆ ਉਹ ਨੰਬਰ ਆਪਣਾ ਉਸ ਦਿਨ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਅਰਸ਼ੂਨੀ ਕਿਹਾ ਸੀਗਾ ਵੀ ਇੱਕ ਅੱਖ ਜਿਹੜੀ ਹੈ ਤੁਸੀਂ ਆਪਣੇ ਟੀਵੀ ਤੇ ਰੱਖਣੀ ਆ ਤੇ ਇੱਕ ਫੋਨ ਦੇ ਉੱਤੇ ਫੋਨ ਤੇ ਰੱਖਣੀ ਆ ਜੇ ਫੋਨ ਵੱਜਿਆ ਤੇ ਦੌੜ ਕੇ ਚੱਕ ਲੈਣਾ ਪਰ ਝਗੜਾ ਨਹੀਂ ਕਰਨਾ ਕਾਰਜ ਕੇ ਵਾਰ ਚਾਰ ਪੰਜ ਜਣੇ ਹੁੰਦੇ ਚਾਰ ਪੰਜੇ ਜਣੇ ਭੱਜਦੇ ਮੈਂ ਚੱਕਣਾ ਫੋਨ ਇੱਕ ਜੇਣਾ ਚੱਕ ਲੇਗਾ ਫੋਨ ਕਿਉਂਕਿ ਕਾਰਜ ਜੇ ਸਾਰੇ ਬੈਠ ਸਕਦੇ ਪੰਜ ਸੀਟਾਂ ਵਾਲੀ ਕਾਰ ਹੈ ਸੋ ਬਿਲਕੁਲ ਤੇ ਹੁਣ ਇੰਤਜ਼ਾਰ ਜਿਹੜਾ ਹੈ ਉਹ ਥੋੜੇ ਜਿਹੇ ਦਿਨਾਂ ਦਾ ਰਹਿ ਗਿਆ ਇਸ ਤਰ੍ਹਾਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਦੇ ਰਹਾਂਗੇ ਤੇ ਤੁਸੀਂ ਸਟੂਡੀਓ ਦੇ ਵਿੱਚ ਹਰ ਰੋਜ਼ ਆਉਂਦੇ ਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਸਾਨੂੰ ਦੇਖਦੇ ਰਹੋ ਔਰ ਆਪਣੀ ਜਿਹੜੀ ਫੀਡਬੈਕ ਜਰ thank you thank you, thank you ਸੋ ਬਿਲਕੁਲ ਅੱਜ ਗੱਲਬਾਤ ਫਿਰ ਤੋਂ ਹੋਈ ਮਿਸਟਰ ਰਵਿਨੇ ਸ਼ਰਮਾ ਦੇ ਨਾਲ ਜਿਨ੍ਹਾਂ ਨੇ ਵੱਡੀ ਸਾਰੀ ਲਿਸਟ ਜਿਹੜੀ ਸਾਡੇ ਸਾਹਮਣੇ ਰੱਖੀ ਕਿ ਇਹ ਲੋਕ ਪ੍ਰਾਈਜ਼ ਵੀ ਜਿੱਤ ਗਏ ਨੇ ਤੇ ਹੁਣ ਇਹ ਫਾਈਨਲਿਸਟ ਵੀ ਬਣ ਗਏ ਨੇ ਤੇ ਹੋਰ ਅਸੀਂ ਪਿਛਲੇ ਤੋਂ ਅਸੀਂ ਦੇਖਿਆ ਹੀ ਹੈ ਕਿ 15-20 ਦਿਨਾਂ ਤੋਂ ਲੱਗੇ ਹੋਏ ਆ ਅਸੀਂ ਹਰ ਕਿਸੇ ਦਾ ਨਾਮ ਬੋਲ ਰਹੇ ਹਾਂ ਹਰ ਦਿਨ 20-30 ਲੋਕ ਜਿਹੜੇ ਨੇ ਉਹ ਫਾਈਨਲਿਸਟ ਬਣ ਰਹੇ ਨੇ ਤੁਸੀਂ ਵੀ ਬਣ ਸਕਦੇ ਹੋ ਬਸ ਤੁਸੀਂ QR ਕੋਡ ਨੂੰ ਸਕੈਨ ਕਰਨਾ ਹੈ that is it very simple ਇਨਫਰਮੇਸ਼ਨ ਪਾਉਣੀ ਹੈ ਤੇ ਤੁਸੀਂ ਜਿੱਤ ਸਕਦੇ ਹੋ 13 ਸਾਰੇ ਇਨਾਮ ਇਨਫਰਮੇਸ਼ਨ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਮੀਡੀਆ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ